ਅੱਜ ਅੰਮ੍ਰਿਤਸਰ ਦੇ ਹੋਲੀ ਸਿਟੀ ਵਿੱਚ ਇੱਕ ਵਿਸ਼ਾਲ ਜਾਗੋ ਕੱਢੀ ਗਈ। ਕਿਸਾਨਾਂ ਦੇ ਹੱਕ ਵਿੱਚ ਇਹ ਜਾਗੋ ਨੂੰ ਕੱਢਿਆ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਿਲ ਹੋਈਆਂ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ। ਇਸ ਜਾਗੋ ਦੇ ਵਿੱਚ ਸ਼ਾਮਿਲ ਲੋਕ ਕਿਸਾਨੀ ਝੰਡੇ ਲੈ ਕੇ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦਾ ਘਰ ਵੀ ਹੋਲੀ ਸਿਟੀ ਵਿੱਚ ਹੀ ਹੈ, ਪਰ ਨਵਜੋਤ ਸਿੰਘ ਸਿੱਧੂ ਇਸ ਮਾਰਚ ਵਿੱਚ ਸ਼ਾਮਿਲ ਨਹੀਂ ਹੋਏ। ਅੰਮ੍ਰਿਤਸਰ ਦੇ ਪੌਸ਼ ਏਰੀਆ ਹੋਲੀ ਸਿਟੀ, ਜਿੱਥੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਹੈ, ਉਸ ਦੇ ਲਾਗੇ ਹੀ ਕਿਸਾਨਾਂ ਦੇ ਹੱਕ ਵਿੱਚ ਮਹਿਲਾਵਾਂ ਵੱਲੋਂ ਵਿਸ਼ਾਲ ਜਾਗੋ ਕੱਢੀ ਗਈ, ਜਿਸ ਵਿੱਚ ਮਹਿਲਾਵਾਂ, ਬੱਚੇ, ਆਦਮੀ, ਇੱਥੇ ਤੱਕ ਕਿ ਬਜ਼ੁਰਗ ਵੀ ਸ਼ਾਮਿਲ ਰਹੇ। ਇਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਸੁੱਤੀ ਪਈ ਹੈ, ਉਸ ਨੂੰ ਜਗਾਉਣ ਵਾਸਤੇ ਇਹ ਜਾਗੋ ਕੱਢੀ ਜਾ ਰਹੀ ਹੈ। ਇਸ ਮੌਕੇ ਤੇ ਸ਼ਾਮਿਲ ਹੋਰ ਲੋਕਾਂ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। ਦੇਖੋ, ਅਸੀਂ ਅੱਜ ਸਾਰੇ ਇਲਾਕਾ ਨਿਵਾਸੀਆਂ ਨੇ ਆਪਣੇ ਸਾਰੇ ਹੀ ਭੈਣਾਂ ਭਰਾਵਾਂ ਦੇ ਨਾਲ ਮਿਲ ਕੇ ਇਹ ਪਲਾਨ ਕੀਤਾ ਕਿ ਇੱਕ ਰੋਸ ਵਾਲੀ ਜਿਹੜੀ ਜਾਗੋ ਹੈਗੀ ਆ, ਕਾਲੀ ਜਾਗੋ ਜਿਹੜੀ ਕੱਢੀ ਜਾਵੇ। ਔਰ ਅੱਜ ਅਸੀਂ ਇਹ ਜਾਗੋ ਜਿਹੜੀ ਆ ਇੱਥੋਂ ਰਾਜਨ ਮਾਨ ਜੀ ਇਹਨਾਂ ਦੇ ਘਰ ਤੋਂ ਸ਼ੁਰੂ ਕਰਾਂਗੇ, ਇਸ ਤੋਂ ਬਾਅਦ ਸਾਡੇ ਘਰ ਜਾਏਗੀ, ਉਸ ਤੋਂ ਬਾਅਦ ਹਰਚਰਨ ਭਾਈ ਦੇ ਘਰ ਜਾਏਗੀ। ਔਰ ਇਸ ਤਰ੍ਹਾਂ ਅੱਗੇ ਅੱਗੇ ਤੁਰਦੀ ਹੋਈ ਅਸੀਂ ਆਪਣੀਆਂ ਬੋਲੀਆਂ ਦੇ ਰਾਹੀਂ, ਆਪਣੇ ਗੀਤਾਂ ਦੇ ਰਾਹੀਂ ਜਿਹੜਾ ਰੋਸ ਹੈਗਾ ਵਾ ਉਹਨੂੰ ਇਹਨਾਂ ਬੋਲੀਆਂ ਦੇ ਰਾਹੀਂ ਔਰ ਜਾਗੋ ਦੇ ਰਾਹੀਂ ਦਰਸਾਵਾਂਗੇ। ਦੇਖੋ ਜੀ, ਇਕੱਲੇ ਪੰਜਾਬੀ ਕਲਾਕਾਰ ਹੀ ਨਹੀਂ, ਸਾਰੇ ਹੀ ਪੰਜਾਬੀ ਜਿਹੜੇ ਨੇ ਇਸ ਵੇਲੇ, ਬਲਕਿ ਭਾਰਤ ਦੇ ਸਾਰੇ ਕਿਸਾਨ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਬੈਠੇ ਹੋਏ ਨੇ। ਔਰ ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ ਜਿਹੜੇ ਕਾਨੂੰਨ ਸਾਨੂੰ ਨਹੀਂ ਪਸੰਦ ਹੈਗੇ, ਇਹ ਕਾਨੂੰਨ ਜਿਹੜੇ ਵਾਪਸ ਲੈ ਜਾਣੇ ਚਾਹੀਦੇ, ਔਰ ਇਹਨਾਂ ਦੀ ਥਾਂ ਦੇ ਉੱਤੇ ਉਹ ਸਾਰੇ ਕਾਨੂੰਨ ਬਣਾਉਣੇ ਚਾਹੀਦੇ ਜਿਹੜੇ ਕਿਸਾਨਾਂ ਦੇ ਹਿੱਤ ਦੇ ਵਿੱਚ ਆ, ਸਾਰੇ ਦੇਸ਼ ਵਾਸੀਆਂ ਦੇ ਹਿੱਤ ਦੇ ਵਿੱਚ। ਅੱਜ ਜਾਗੋ ਵਾਸਤੇ ਕੋਈ ਬੋਲੀਆਂ ਤਿਆਰ ਕੀਤੀਆਂ? ਹਾਂਜੀ, ਬਹੁਤ ਸਾਰੀਆਂ ਨੇ ਜੀ, ਤੁਸੀਂ ਜਾਗੋ ਦੇ ਨਾਲ ਨਾਲ ਚੱਲਿਓ, ਤੁਹਾਨੂੰ ਦਿਖਾਵਾਂਗੇ। ਹਾਂਜੀ, ਲੈ ਲਓ ਗੋਭੀ, ਲੈ ਲਓ ਆਲੂ, ਲੈ ਲਓ ਗੋਭੀ, ਲੈ ਲਓ ਗੰਡੇ, ਲੈ ਲਓ ਤੋਲ ਕੇ ਮੋਦੀ ਨੇ ਸ਼ੱਕਰ ਖਾਣੇ, ਕਿਸਾਨਾਂ ਅੱਗੇ ਬੋਲ ਕੇ ਮੋਦੀ ਨੇ ਸ਼ੱਕਰ ਖਾਣੇ, ਕਿਸਾਨਾਂ ਅੱਗੇ ਬੋਲ ਕੇ ਮੋਦੀ ਨੇ ਸ਼ੱਕਰ ਖਾਣੇ, ਕਿਸਾਨਾਂ ਅੱਗੇ ਬੋਲ ਕੇ ਮੋਦੀ ਨੇ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ, ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਇਸ ਵਕਤ ਸਰਕਾਰ ਜਿਹੜੀ ਆਉਂਦੀ ਆ, ਸੈਂਟਰ ਦੀ ਸਰਕਾਰ ਸੁੱਤੀ ਪਈ ਆ, ਉਹਨੂੰ ਜਗਾਉਣ ਵਾਸਤੇ ਅਸੀਂ ਜਿਹੜੀ ਆ ਇਹ ਅੱਜ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ। ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਨਸ਼ੇ ਦੇ ਵਿੱਚ ਜਿਹੜਾ ਨੋਟਾਂ ਦਾ ਨਸ਼ਾ ਨਾ, ਉਹਦੇ 'ਚ ਮੋਦੀ ਸਰਕਾਰ, ਖਾਸ ਕਰਕੇ ਸਾਡਾ ਪ੍ਰਧਾਨ ਮੰਤਰੀ ਜਿਹੜਾ ਵਾ, ਉਹ ਨਸ਼ੇ ਦੇ ਵਿੱਚ ਉਹਦੇ ਝੂਲਿਆਂ 'ਤੇ ਝੂਲ ਰਿਹਾ ਵਾ, ਸੁੱਤਾ ਪਿਆ, ਉਹਨੂੰ ਜਗਾਉਣ ਵਾਸਤੇ ਅਸੀਂ ਇੱਕ ਜਾਗੋ ਕੱਢੀ ਆ ਕਿ ਅੱਗੇ ਜਿਹੜੀ ਅਸੀਂ ਕਾਲੀ ਦੀਵਾਲੀ ਮਨਾਈ ਆ ਇਹਦੀਆਂ ਕਾਰਨਾਂ ਕਰਕੇ, ਹਾਕਮ ਦੀਆਂ ਕਾਰਨਾਂ ਕਰਕੇ, ਅਤੇ ਅਸੀਂ ਹੁਣ ਜਿਹੜੇ ਆ ਇਹ ਸਾਡਾ ਨਵਾਂ ਸਾਲ ਵੀ ਆ ਜਿਹੜਾ, ਇਹ ਵੀ ਇੰਨਾ ਕਾਲਾ ਜਾ ਰਿਹਾ, ਆਉਣ ਵਾਲੀ ਲੋਹੜੀ ਆਉਣ ਵਾਲੀ ਆ, ਸਾਡੇ ਤਿਉਹਾਰ ਜਿਹੜੇ ਆ, ਅਸੀਂ ਸਾਰੇ ਤਿਉਹਾਰ ਜਿਹੜੇ ਕਾਲੇ ਤਿਉਹਾਰ ਮਨਾਵਾਂਗੇ ਜਦੋਂ ਤੱਕ ਕਿਸਾਨਾਂ ਦੀਆਂ ਜਿਹੜੇ ਕਾਲੇ ਕਾਨੂੰਨ ਆ ਵਾਪਸ ਨਹੀਂ ਲਏ ਜਾਂਦੇ। ਕਿਉਂਕਿ ਪਿਛਲੇ ਲੰਬੇ ਸਮੇਂ ਦੇ ਤੋਂ, ਇੱਕ ਮਹੀਨੇ ਦੇ ਉੱਤੋਂ ਲਗਾਤਾਰ ਕਿਸਾਨ ਜਿਹੜੇ ਨੇ ਦਿੱਲੀ ਦੀਆਂ ਬਰੂਆਂ 'ਤੇ ਬੈਠੇ ਨੇ, ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਬੜੀ ਤ੍ਰਾਸਦੀ ਹੈ ਇਹ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ, ਇੱਕ ਐਡੇ ਵੱਡੇ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ ਔਰ ਉੱਥੋਂ ਦੀ ਆਵਾਮ ਜਿਹੜੀ ਆ ਸੜਕਾਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਦੇ ਉੱਤੋਂ ਜਿਹੜੀ ਠੰਡ ਦੇ ਵਿੱਚ ਜਿਹੜੀ ਆ ਧੱਕੇ ਖਾ ਰਹੀ ਹੋਵੇ, ਅਤੇ ਪਰ ਉਹਦਾ ਕੋਈ ਸੁਣਵਾਈ ਨਾ ਕੀਤੀ ਜਾਵੇ, ਇਹ ਬੜੀ ਸ਼ਰਮਨਾਕ ਗੱਲ ਆ। ਇਸ ਕਰਕੇ ਇਹ ਜਾਗੋ ਅਸੀਂ ਕੱਢ ਕੇ ਉਹਨੂੰ ਜਗਾ ਰਹੇ ਹਾਂ, ਕੇਂਦਰ ਸਰਕਾਰ ਨੂੰ ਜਗਾ ਰਹੇ ਹਾਂ ਕਿ ਇਹ ਸਾਡੀ ਜਿਹੜੀ ਆ ਆਵਾਜ਼ ਨੂੰ ਸੁਣੇ, ਇਹ ਜਿਹੜੀ ਬੋਲੀ ਹੋ ਚੁੱਕੀ ਹਕੂਮਤ ਆ, ਇਹ ਸਾਡੀ ਆਵਾਜ਼ ਨੂੰ ਸੁਣੇ ਅਤੇ ਲੋਕਾਂ ਦਾ ਦੁੱਖ ਦਰਦ ਸਮਝ ਕਰੇ। ਕੇਂਦਰ ਸਰਕਾਰ ਨੇ ਲਗਾਤਾਰ ਕਿਸਾਨ ਜਥੇਬੰਦੀ ਮੀਟਿੰਗ ਹੋ ਰਹੀ, ਪਰ ਕੋਈ ਸੱਚਾ ਨਤੀਜਾ ਨਹੀਂ ਨਿਕਲਿਆ, ਤੇ ਕੱਲ ਫਿਰ ਕਿਸਾਨਾਂ ਦੀ ਮੀਟਿੰਗ ਹੈ, ਕੇਂਦਰ ਸਰਕਾਰ ਨਾਲ ਕੀ ਲੱਗਦਾ ਤੁਹਾਨੂੰ ਹੱਲ ਨਹੀਂ? ਨਹੀਂ, ਬਿਲਕੁਲ ਨਹੀਂ, ਇਹਨਾਂ ਦਾ ਜਿਹੜਾ ਆਪਣਾ ਅਪਣਾਇਆ ਇਹਨਾਂ ਵਤੀਰਾ ਜਿਹੜਾ ਉਹ ਬੜਾ ਘਟੀਆ ਵਾ ਔਰ ਅੜੀਅਲ ਵਤੀਰਾ ਅਪਣਾਇਆ ਵਾ, ਜਾਣ ਬੁੱਝ ਕੇ ਇਹ ਇੱਕ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ, ਚੰਦ ਬੰਦਿਆਂ ਨੂੰ ਖੁਸ਼ ਕਰ ਲਈ, ਕਰੋੜਾਂ ਬੰਦਿਆਂ ਦੀ ਜਿਹੜੀ ਆ ਉਹ ਬਰਬਾਦੀ ਦੇ ਵਿੱਚ ਧਕੇਲਿਆ ਵਾ। ਕਿਉਂਕਿ ਚਾਹੁੰਦਾ ਨਹੀਂ ਆ ਕਿ ਪੰਜਾਬ ਜਿਹੜਾ ਵਾ, ਖਾਸ ਕਰਕੇ ਪੰਜਾਬ ਬਹੁਤ ਖੁਸ਼ਹਾਲ ਸੂਬਾ ਵਾ, ਪੰਜਾਬ ਦੇ ਲੋਕ ਜੁਝਾਰੂ ਆ, ਇਹ ਪੰਜਾਬ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਵਾ, ਇਹ ਪੰਜਾਬ ਨੂੰ ਵੀ ਬਰਬਾਦ ਕਰਨ ਚਾਹੁੰਦਾ ਵਾ। ਕਿਉਂਕਿ ਬਿਹਾਰ ਅਤੇ ਯੂਪੀ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਇਹਨਾਂ ਨੇ ਲਾਗੂ ਕੀਤੇ ਨੇ, ਉਹਨਾਂ ਦੀ ਹਾਲਾਤ ਅੱਜ ਤੁਸੀਂ ਵੀ ਜਾਣਦੇ ਹੋ ਕਿ ਕਿੱਦਾਂ ਮਜ਼ਦੂਰੀ ਵਾਲੀ ਹਾਲਾਤ ਹੋ ਗਿਆ, ਇਹ ਸਾਨੂੰ ਵੀ ਮਜ਼ਦੂਰ ਬਣਾਉਣਾ ਚਾਹੁੰਦਾ ਵਾ, ਸਾਨੂੰ ਵੀ ਦਿਹਾੜੀਆਂਦਾਰਾਂ ਦੇ ਉੱਤੇ ਲਾਉਣਾ ਚਾਹੁੰਦਾ ਵਾ, ਇਸ ਕਰਕੇ ਅਸੀਂ ਇਹ ਬਰਦਾਸ਼ਤ ਨਹੀਂ ਕਦੇ ਵੀ ਕਰਾਂਗੇ। ਸੰਘਰਸ਼ ਦੇ ਚੱਲਦੇ ਕਈ ਕਿਸਾਨ ਵੀਰਾਂ ਦੀ ਮੌਤ ਵੀ ਹੋ ਚੁੱਕੀ, ਪਰ ਕੇਂਦਰ ਸਰਕਾਰ ਨੇ ਤਾਂ ਟਾਸੀ ਮਾਰੀ ਨਹੀਂ।
ਨਹੀਂ ਬਿਲਕੁਲ ਇਹ ਜਿਹੜੀਆਂ ਸ਼ਹਾਦਤਾਂ ਨੇ ਇੰਜਾਈ ਨਹੀਂ ਜਾਣਗੀਆਂ, ਇਹਨਾਂ ਸ਼ਹਾਦਤਾਂ ਦਾ ਮੁੱਲ ਪਏਗਾ। ਇਹ ਗੱਲ ਅਸੀਂ ਸਾਰੇ ਸਮਝਦੇ ਹਾਂ, ਪੰਜਾਬੀ ਸਮਝਦੇ ਹਾਂ ਕਿ ਅੱਜ ਤੱਕ ਜਦੋਂ ਜਦੋਂ ਵੀ ਲੋੜ ਪਈ ਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਉਹਨਾਂ ਕੁਰਬਾਨੀਆਂ ਦਾ ਮੁੱਲ ਪਿਆ। ਔਰ ਜਿਹੜੇ ਅੱਜ ਸਾਡੇ ਸ਼ਹੀਦ ਹੋਏ ਨੇ, ਕਿਸਾਨ ਭਰਾ ਸਾਡੇ ਸ਼ਹੀਦ ਹੋਏ ਨੇ ਉਸ ਇਸ ਸੰਘਰਸ਼ ਦੇ ਵਿੱਚ, ਉਹਨਾਂ ਦੀਆਂ ਸ਼ਹਾਦਤਾਂ ਦਾ ਮੁੱਲ ਪਏਗਾ। ਉਹਨਾਂ ਦੇ ਉਹਨਾਂ ਨੂੰ ਅਸੀਂ ਕਦੇ ਵੀ ਅੰਜਾਈ ਨਹੀਂ ਜਾਣ ਦੇਵਾਂਗੇ। ਇਹ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਪੈਦਾ ਹੋਣਗੇ, ਇਹਦਾ ਜਿਹੜਾ ਨੱਕ 'ਚ ਦਮ ਹੋਰ ਕੀਤਾ ਜਾਊਗਾ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦੀ ਟੀਵੀ NRI।